ਅਮਰੋ ਨੂੰ ਚਾਚੀ ਦੀ ਚਪੇੜ ਯਾਦ ਔਨ ਕਰਕੇ ਨੀਂਦ ਨਹੀਂ ਆ ਰਹੀ ਸੀ। ਦੂਜੀ ਕੁੜੀ ਕੋਕਸਾਂ ਚ ਕੀ ਸੀ। ਮਾਸੀ ਅੱਜ ਨੀਂਦ ਨਹੀਂ ਆਉਂਦੀ ਕੋਈ ਬਾਤ ਪਾ। ਹੂੰ। ਮਾਸੀ ਨੇ ਅੰਸ ਨਹੀਂ ਕਰ ਦਿੱਤੀ। ਕੋਈ ਬਾਤ ਸੁਣਾ। ਬਾਤ ਕਿਹੋ ਜਹੀ? ਮਾਸੀ ਨੇ ਪਾਸਾ ਪਰਤ ਕੇ ਅਮਰੋ ਵੱਲ ਮੁਹ ਕਰ ਲਿਆ। ਅਸਲ ਵਿੱਚ ਉਹ ਅਮਰੋ ਬਾਰੇ ਹੀ ਸੋਚ ਰਹੀ ਸੀ। ਕੋਈ ਸੋਣੀ। ਚੰਗਾ। ਤੂੰ ਹੰਗਾਰਾ ਭਰੀ ਮੈਨੂੰ ਥੋੜਾ ਯਾਦ ਕਰ ਲੈਂਦੇ। ਅਮਰੋ ਹੰਗਾਰਾ ਭਰਨ ਲਈ ਤਿਆਰ ਹੋ ਗਈ। ਇੰਦਕੌਰ ਨੇ ਥੋੜਾ ਸੋਚ ਕੇ ਖੰਗੂਰ ਦਾ ਗਲਾ ਸਾਫ਼ ਕੀਤਾ ਅਤੇ ਮੋਢ ਤੋਰਿਆ ਜਟਾ ਮਾਪਿਆਂ ਦੇ ਘਰ ਇੱਕ ਪੁੱਤ ਸੀ ਜਦੋਂ ਉਹ ਗੱਭਰੂ ਹੋਇਆ ਮਾਪਿਆਂ ਉਸ ਦਾ ਵਿਆਹ ਕਰ ਦਿੱਤਾ ਉਸ ਦੀ ਬੋਟੀ ਬੜੀ ਸਿਆਣੀ ਅਤੇ ਸ਼ਰੀਰ ਦੀ ਬੜੀ ਨਰੋਈ ਸੀ ਉਸ ਦੀ ਬੜੀ ਰੀਝ ਸੀ ਉਹ ਘਰ ਨੂੰ ਆਪਣੀ ਸਿਆਣਪ ਅਤੇ ਸੇਵਾ ਨਾਲ ਮੋਹ ਲਵੇਗੀ ਪੜ੍ਹੀ ਲਿਖੀ ਪਾਵੇਂ ਨਹੀਂ ਸੀ ਪਰ ਉਹ ਗੱਲ ਕਰਨ ਵਿੱਚ ਬੜੀ ਚਤਤਰ ਸੀ ਅੱਗੇ ਉਸ ਦਾ ਮਾਲਕ ਅਨਪੜ੍ਹ ਹੋਣ ਨਾਲ ਅਵੇੜਾ ਵੀ ਸੀ ਪਿੰਡਾਂ ਦੇ ਮੂਰਖ ਮੁੰਡੇ ਇੱਕ ਦੂਜੇ ਨਾਲ ਐਵੇਂ ਲੜਾਈ ਸਹਿੇੜ ਲੈਂਦੇ ਆ ਵਰਟੀ ਨੂੰ ਆਉਂਦਿਆਂ ਹੀ ਅਜੇ ਹੀ ਕਲੇਸ਼ ਦਾ ਸਾਹਮਣਾ ਕਰਨਾ ਪਿਆ ਗਿਆ ਉਸ ਦਾ ਮਾਲਕ ਡੋਰਲੀ ਟਾਣੀ ਦਾ ਮੋਢੀ ਸੀ ਉਸ ਦੀ ਸਾਸੂ ਵੀ ਇਨੀ ਸਿਆਣੀ ਨਾ ਜਿਹੜੀ ਮੁੰਡੇ ਦੀਆਂ ਦਿਨੋ-ਦਿਨ ਵਿਗੜਦੀਆਂ ਆਤਾਂ ਨੂੰ ਰੋਕਦੀ ਪਰ ਵਰਟੀ ਉਹਦੀਆਂ ਵੈਰਤਾ ਤੇ ਰਿੱਜਣ ਲੱਗੀ ਜਦੋਂ ਉਹ ਆਪਣੇ ਮਾਲਕ ਨੂੰ ਸਮਝਾਉਣ ਦਾ ਯਤਨ ਕਰਦੀ ਉਹ ਅੱਗੋਂ ਥਪੇੜ ਚੱਕ ਕੇ ਪੈਂਦਾ ਅਤੇ ਗੰਦੀਆਂ ਗੱਲਾਂ ਦੀ ਸੂੜ ਧਰ ਲੈਂਦਾ ਪਰ ਉਹ ਜੇਰਾ ਕਰਕੇ ਚੁੱਪ ਕਰ ਜਾਂਦੀ ਉਹ ਸੋਚਦੀ ਇਸ ਤਰ੍ਹਾਂ ਤਾਂ ਸਾਰਾ ਕੰਮ ਛੋੜ ਹੋ ਜਾਵੇਗਾ ਇਹਨੂੰ ਵਾਗਾ ਜ਼ਰੂਰ ਪਾਉਣੀ ਆਏ ਵਿਚਾਰੀ ਵੱਡੇ ਘਰ ਦੀ ਧੀ ਸੀ ਜਿਹੜੀ ਲੜਾਈ ਨੂੰ ਕਰਦੀ ਬਰਬਾਦੀ ਸਮਝਦੀ ਸੀ ਮਾਸੀ ਉਹਦਾ ਨਾਂ ਕੀ ਸੀ ਅਮਰੋ ਨੇ ਵਿੱਚੋਂ ਹੀ ਨਾਂ ਦੀ ਕਾਟਣ ਉਪਭ ਕੀਤੀ ਨਾ ਉਹ ਅਚਾਨਕ ਪੁੱਛੇ ਜਾਣ ਤੇ ਘਬਰਾ ਕੇ ਚੁੱਪ ਹੋ ਗਈ ਫਿਰ ਸੋਚਦਿਆਂ ਬੋਲੀ ਨਾ ਉਸਦਾ ਅਮਰੋ ਯਾਦ ਨਹੀਂ ਆਉਂਦਾ ਹਾਂ ਸੱਚ ਪਾਨੋ ਪਹਿਲਾਂ-ਪਹਿਲ ਉਸੇ ਪਿਆਰ ਨਾ ਲੱਗੇ ਅਤੇ ਉਸ ਦਾ ਮਾਲਕ ਪਰਿਵਾਰਾ ਹੋਇਆ ਇੱਕ ਲੜਾਈ ਵਿੱਚ ਅੜ ਕੇ ਜੇਲ੍ਹ ਹੋ ਗਿਆ ਸاتھమే ਦੱਸਣਾ ਭੁੱਲ ਗਈ ਸੁਰੈਣੇ ਦਾ ਪਿਓ ਉਸ ਦਾ ਵਿਆਹ ਕਰਕੇ ਹੀ ਮਰ ਗਿਆ ਸੀ ਸੁਰੈਣੇ ਦੇ ਜੇਲ ਹੋ ਜਾਣ ਪਿੱਛੋਂ ਨੋ ਸੱਸ ਬੜੀਆਂ ਔਖੀਆਂ ਹੋਈਆਂ ਹੁਣ ਉਹਨਾਂ ਨੂੰ ਖੇਤੋਂ ਪੱਠੇ ਵੀ ਆਪ ਲਿਆਉਣੇ ਪੈਂਦੇ ਕੁੱਤਰਨ ਅਤੇ ਪਸ਼ੂਆਂ ਨੂੰ ਪੌਂਦ ਤੱਕ ਦਾ ਸਾਰਾ ਕੰਮ ਪੰਨ ਨੂੰ ਕਰਨਾ ਪੈਂਦਾ ਉਹ ਸੱਸ ਨੂੰ ਵਾਹ ਲੱਗਦੀ ਕਿਸੇ ਕੰਮ ਨੂੰ ਹੱਥ ਨਹੀਂ ਲਾਉਂਦੀਂਦੀ ਸੀ ਅਜੇ ਕੰਮ ਅਤੇ ਮਿੱਠੇ ਸੁਭਾਅ ਨੇ ਸੱਸ ਨੂੰ ਨੋ ਦੀ ਥਾਂ ਧੀ ਸਮਝਣ ਲਈ ਮਜਬੂਰ ਕਰ ਦਿੱਤਾ ਸੱਸ ਸਿੱਧੇ ਸਾਦੇ ਸੁਭਾਅ ਵਾਲੀ ਪੁਰਾਣੀ ਕਿਸਮ ਦੀ ਬੁੜੀ ਸੀ ਸੁਰੈਣੇ ਦੇ ਕੈਦ ਦੇ ਦਿਨਾਂ ਵਿੱਚ ਨੋ ਸੱਸ ਦੁੱਖ ਸਕਦੀਆਂ ਸਾਂਝੀ ਹੋ ਗਈਆਂ ਹੁਣ ਭਾਨੋ ਕਰਦੀ ਗੱਡੀ ਦਾ ਬਲ ਸੀ ਜਿੱਧਰ ਵੀ ਚਾਹੇ ਗੱਡੀ ਨੂੰ ਲੈ ਜਾਵੇ ਜਦੋਂ ਸਰੇਣਾ ਕੈਦ ਕੱਟ ਕੇ ਵਾਪਸ ਆਇਆ ਉਸ ਫੇਰ ਅੱਗੇ ਵਾਂਗ ਕੋਈ ਉਦਮੂਲ ਖੜਾ ਕਰਨਾ ਚਾਹਿਆ ਉਸ ਦੇ ਦੁਸ਼ਮਣ ਉਸ ਦਾ ਕੀਰਤਨ ਸੋਲਾ ਪੜਨ ਨੂੰ ਫਿਰਦੇ ਸਨ ਨੋ ਸਾਸ ਨੇ ਰਲ ਕੇ ਉਸ ਦੇ ਨੱਥ ਪਾ ਦਿੱਤੀ ਤੇ ਉਸ ਨੂੰ ਦਲੱਤੀਆਂ ਮਾਰਨ ਨੂੰ ਬੰਦ ਕਰ ਦਿੱਤਾ ਉਸ ਬਥੇਰਾ ਤਾਨਾ ਪੋਟਾ ਤੋੜਿਆ ਪਰ ਦੋਹਾਂ ਇੱਕੋ ਗੱਲ ਵੇੜ ਦਿੱਤੀ ਕਿ ਜੇ ਤੂੰ ਮੂੜ ਕੰਮਾਂ ਤੋਂ ਵਰਜਿਆ ਨਹੀਂ ਹਟਣਾ ਤਾਂ ਦੱਸ ਕਿਤੇ ਮੂੰਹ ਕਾਲਾ ਕਰਕੇ ਨਿਕਲਦੀਆਂ ਸਰੇਣਾ ਉਹਨਾਂ ਦੀ ਮਜ਼ਬੂਤ ਹੱਟ ਅੱਗੇ ਮੋੜਿਆ ਮੜ ਪਿਆ ਉਹ ਆਪਣੇ ਢਾਣੀਦਾਰਾਂ ਤੋਂ ਕੰਨੀ ਕਤਰਾ ਗਿਆ ਉਸ ਨੂੰ ਵੈਲੀ ਹੁੰਦੇ ਆ ਆਲਾ ਦਵਾਲਾ ਹੋਛਾ ਹੋਛਾ ਲੱਗਾ ਸਾਥੀਆਂ ਦੇ ਮੱਥੇ ਲੱਗਣੋਂ ਡਰਦਾ ਉਹ ਘਰ ਹੀ ਪਿਆ ਰਹਿੰਦਾ ਇਹ ਕਿਹੋ ਜੀ ਬਾਤ ਹੈ ਮਾਸੀ ਅਮਰੋ ਨੇ ਵਿੱਚੋਂ ਅਕੇਵਾਂ ਨੂੰ ਭਵ ਕੀਤਾ ਕਿਸੇ ਰਾਜੇ ਰਾਣੀ ਦੀ ਬਾਤ ਕਿਉਂ ਨਹੀਂ ਪਉਂਦੀ ਰਾਜਾ ਰਾਣੀਆਂ ਦੀਆਂ ਬਾਤਾਂ ਤਾਂ ਅਮਰੋ ਹੁਣ ਕਮੀਨ ਵੀ ਨਹੀਂ ਪਉਂਦੇ ਤੂੰ ਅੱਗੇ ਸੁਣ ਇਸ ਤਰ੍ਹਾਂ ਸੁਰੈਣਾ ਆਵਾਰਾ ਫਿਰਦਾ ਅਕਾਲੀਆਂ ਦੇ ਟਹਿ ਚੜ ਗਿਆ ਉਹਨਾਂ ਉਸ ਨੂੰ ਇੱਕ ਮੋਰਚ ਚ ਅੜਾ ਕੇ ਜੇਲ ਕਰਵਾ ਦਿੱਤਾ ਪਿੱਛੇ ਉਸਦੀ ਮਾਂ ਮਰ ਗਈ ਪਾਨੂ ਮਾਸੀ ਕੱਲੀ ਰਹਿ ਗਈ ਅ므ਰੋ ਦੇ ਅੰਦਰੋਂ ਹੈਰਾਨੀ ਅਤੇ ਹਮਦਰਦੀ ਇੱਕ ਸਾਰ ਉੱਠ ਖਲੋਤੀਆਂ ਹਾਂ ਧੀਏ ਉਹ ਕੱਲੀ ਰਹਿ ਗਈ ਘਰ ਚੌਕੀ ਵਰਕਤ ਵਾਲਾ ਨਹੀਂ ਸੀ ਸਗੋਂ ਮੁੰਡੇ ਨੇ ਵੀ ਨਵੀਂ ਉਮਰ ਵਿੱਚ ਬਹੁਤੀ ਜ਼ਮੀਨ ਕਹਨੇ ਕਰ ਦਿੱਤੀ ਸੀ ਪਾਨੂ ਨੂੰ ਥੋੜੇ ਦਿਨਾਂ ਪਿੱਛੋਂ ਉਸ ਦਾ ਪਿਓ ਆ ਕੇ ਲੈ ਗਿਆ ਅਤੇ ਘਰ ਨੂੰ ਚਿੰਦਰਾ ਵੱਜ ਗਿਆ ਪੇਕੇ ਤਾਂ ਉਹ ਚਲੀ ਗਈ ਪਰ ਉਸ ਨੂੰ ਘਰ ਦਾ ਫਿਕਰ ਬੁਰੀ ਤਰ੍ਹਾਂ ਸਤਾਉਣ ਲੱਗਾ ਅਖੀਰ ਉਸ ਨੂੰ ਸੋਚ ਆਪਣੇ ਸਹੁਰਿਆਂ ਤੋਂ ਇੱਕ ਬਿਰਧ ਮਾਈ ਨੂੰ ਸੱਦਿਆ ਉਹ ਉਸ ਦੀ ਰਿਸ਼ਤੇ ਵਿੱਚੋਂ ਦਦੇਹਸ ਲੱਗਦੀ ਸੀ ਪਾਨੂੰ ਨੇ ਮਿੱਠਤ ਅਤੇ ਪਿਆਰ ਨਾਲ ਉਸ ਨੂੰ ਆਪਣੇ ਕੋਲ ਮੰਝਾ ਡੋਹਣ ਲਈ ਮਨਾ ਲਿਆ। ਪਾਨੂੰ ਉਸ ਮਾਇਨ ਸੋਹਰੇ ਵਾਪਸ ਆ ਗਈ। ਅਤੇ ਜਿਵੇਂ ਕਿਵੇਂ ਦਿਨ ਕੱਟਨੇ ਸ਼ੁਰੂ ਕਰ ਦਿੱਤੇ। ਜਦੋਂ ਉਸ ਦਾ ਮਾਲਕ ਜੇਲ੍ਹ ਕੱਟ ਕੇ ਵਾਪਸ ਆਇਆ ਉਸ ਦੇ ਖਿਆਲ ਬਦਲ ਚੁੱਕੇ ਸਨ। ਉਹ ਸਾਰੀਆਂ ਪੁਰਾਣੀਆਂ ਵੈਤਾਂ ਛੱਡ ਚੁੱਕਾ ਸੀ। ਉਹ ਆਪਣੇ ਪਹਿਲੇ ਕੀਤੇ ਕੰਮਾਂ ਤੇ ਵੀ ਪਛਤਾਉਂਦਾ। ਪਾਨੂੰ ਨੇ ਆਪਣੇ ਸੁਧਰੇ ਮਾਲਕ ਨਮਿਤ ਗੁਰਦੁਆਰੇ ਦੇ ਕੇ ਕਰਵਾਈ। ਹਣ ਉਸ ਦਾ ਦਿਲ ਬੜਾ ਖੁਸ਼ੀ ਪਰ ਉਹ ਆਪਣੀ ਖੁਸ਼ੀ ਨੂੰ ਜ਼ਾਹਰ ਨਾ ਕਰਦੀ। ਸੁਰਹਿਣਾ ਪਰਿਆਂ ਅਤੇ ਪੰਚਾਇਤਾਂ ਵਿੱਚ ਸਦਾ ਅੰਗਰੇਜ਼ਾਂ ਵਿਰੁੱਧ ਦੇਸ਼ ਭਗਤੀ ਦੀਆਂ ਗੱਲਾਂ ਕਰਿਆ ਕਰਦਾ। ਭਾਨੋ ਨੇ ਸੁਰਹਿਣੇ ਨੂੰ ਕਾਂਗਰਸੀਆ ਬਣਿਆ ਵੇਖ ਨਵੀਂ ਆਫਤ ਅਨੁਭਵ ਕੀਤੀ। ਇਹ ਤੁਸੀਂ ਕੀ ਕਰਦੇ ਹੋ? ਕਰੀਰਾ ਚੋਂ ਨਿਕਲ ਕੇ ਝਾੜਾਂ 'ਚ ਫਸਦੇ ਹੋ? ਤੂੰ ਮੇਰੇ ਨਾਲ ਹਸਿਆਣੀ ਜ਼ਰੂਰ ਹੈ ਪਰ ਹਣ ਤੈਨੂੰ ਕੋਈ ਬਦਨਾਮੀ ਖੱਟ ਕੇ ਨਹੀਂ ਦਿੰਦਾ। ਤੁਹਾਨੂੰ ਪੁਲਿਸ ਫਿਰ ਫੜ ਕੇ ਲੈ ਜਾਵੇਗੀ ਤੇ ਮੇਰੀ ਜਾਨ ਨੂੰ ਕضیੇ ਨਹੀਂ ਮੁਕਨੇ। ਜੱਟਾਂ ਦੀਆਂ ਧੀਆ ਤੇਰੇ ਵਰਗੀਆਂ ਥੋੜ੍ਹ ਦੇਲੀਆਂ ਨਹੀਂ ਹੁੰਦੀਆਂ। ਤੁਸੀਂ ਸਰਦਾਰ ਜੀ ਜਨਾਨੀ ਨਹੀਂ ਜੇ ਹੁੰਦੇ ਤੁਹਾਨੂੰ ਪਤਾ ਲੱਗਦਾ। ਇਹ ਕਲਾਪਾ ਕੀ ਹੁੰਦਾ ਹੈ? ਸੁਰੇਣਾਵਾਂ ਨੂੰ ਦੀਆਂ ਗੱਲਾਂ ਠੀਕ ਸਮਝਦਾ ਸੀ ਪਰ ਆਪਣੇ ਇਰਾਦੇ ਤੋਂ ਨਾ ਟੱਲ ਸਕਿਆ ਕਜਸ ਦੇ ਜੇਲ੍ਹ ਦੇ ਸਾਥੀਆਂ ਵੀ ਪਿੱਛਾ ਨਾ ਛੱਡਿਆ ਗੱਲ ਕੀ ਉਹ ਫਿਰ ਜੇਲ੍ਹ ਚ ਲਿਆ ਗਿਆ ਸੁਰੇਣਾ ਤਾਂ ਬਾਪੂ ਜੀ ਵਰਗਾ ਹੋਣਾ ਹੈ ਅਮਰੋ ਵਿੱਚੋਂ ਹੀ ਗੱਲ ਕਰਕੇ ਹੱਸ ਪਈ ਅਸਲ ਵਿੱਚ ਹੁਣ ਉਸ ਦੀ ਬਾਤ ਵਿੱਚ ਦਿਲਚਸਪੀ ਜਾਗ ਪਈ ਸੀ ਉਹਦੇ ਨਾਲ ਇੰਦਕੌਰ ਵੀ ਹੱਸ ਪਈ ਹਾਂ ਬਿਲਕੁਲ ਤੇਰੇ ਬਾਪੂ ਵਰਗਾ ਹੀ ਉਹ ਪਾਰਟੀਆਂ ਵਿੱਚ ਪੈ ਗਿਆ ਉਹਦੇ ਦੋ ਹੀ ਟਿਕਾਣੇ ਸਨ ਜੇਲ੍ਹ ਜਾਂ ਜਲਸੇ ਕਾਨਫਰੰਸਾਂ ਜਦੋਂ ਜੇਲ੍ਹੋਂ ਬਾਹਰ ਹੁੰਦਾ ਘਰ ਟੈੱਕੇ ਫਿਰ ਵੀ ਨਾ ਬਹਿਤਦਾ ਇਨਾ ਦਿਨਾਂ ਵਿੱਚ ਹੀ ਪਾਨੋ ਦੀ ਦਹਹਿਸ ਵੀ ਮਰ ਗਈ। ਹੁਣ ਉਹ ਸੌਖਾ-ਸੌਖਾ ਸਾਹਮਣੇ ਕੱਲੀ ਨੇ ਸ਼ੇਰ ਦਾ ਰੂਪ ਧਾਰ ਲਿਆ। ਮਹੀਨੇ-ਸਾਲ ਬੰਨ ਬੰਦ ਬੀਤਦੇ ਗਏ। ਉਸ ਨੂੰ ਸਭ ਤੋਂ ਬਹੁਤ ਉਹ ਦੁੱਖ ਸਰੀਕੇ ਕਬੀਲੇ ਦੇ ਤਾਣਿਆਂ ਮੇਨਿਆਂ ਦਾ ਸੀ। ਕਿ ਮਾਲਕ ਦੇਸ਼ ਆਜ਼ਾਦ ਕਰਾਉਂਦਾ ਫਿਰਦਾ ਏ ਤੇ ਘਰ ਭੰਗ ਪੁੱਜਦੀ ਏ। ਕੱਲੀ ਹੋਣ ਕਰਕੇ ਉਹ ਕੋਈ ਪਸ਼ੂ ਵੀ ਨਹੀਂ ਰੱਖਦੀ ਸੀ। ਜੇ ਕਦੇ ਕੋਈ ਉਧਾਰੀ ਸੁਧਾਰੀ ਗਾਂ ਲੈ ਲੈਂਦੀ ਤਾਂ ਉਸ ਨੂੰ ਬਾਹਰੋਂ ਕਾਖੋਤ ਕੇ ਲੈਣਾ ਪੈਂਦਾ। ਫਲਾਣੇ ਦੀ ਬਹੂ ਤੇ ਅਮਕੇ ਦੀ ਨੌ ਕਾਹ ਖੇਤ ਦੀ ਆ। ਇਹ ਬੋਲੀਆਂ ਉਸ ਨੂੰ ਬਾਹਰ ਨਾ ਕੱਢਣ ਦਿੰਦੀਆਂ ਜਿਹੜੇ ਸਰੈਣੇ ਦੇ ਪੁਰਾਣੇ ਦੁਸ਼ਮਣ ਸਨ ਉਹਨਾਂ 'ਚੋਂ ਕਈ ਪੁਜਰੇ ਝੋਲੀ ਚੁੱਕ ਤੇ ਚੁਗਲਖੋਰ ਬਣ ਗਏ ਉਹ ਪਾਣੂ ਨੂੰ ਸਦਾ ਤੰਗ ਕਰਨ ਦੀਆਂ ਵਿਵਤਾ ਹੀ ਸੋਚਦੇ ਰਹਿੰਦੇ